ਪਤਾੜ ਦੇ ਹੁਕਮ ਨਾਲ ਖੜੀ ਹੈ। ਘੁੰਮਦੀ ਕਿਉਂ ਹੈ? ਹੁਕਮ ਨਾਲ ਘੁੰਮਦੀ ਹੈ, ਇਹ ਗੱਲ ਹੈ। ਇਸ ਕਰਕੇ ਵੀ ਤੇਰੀ ਜੈ ਜੈਕਾਰ ਹੈ ਕਿ ਆਹ ਜਿਹੜਾ ਹੈ ਨਾ ਪਤਾਲ ਦੀ ਦਾ ਆਕਾਸ਼ ਹੈ, ਧਰਤੀ ਦੀ ਹੈ, ਇਹ ਤੇਰੇ ਆਸਰੇ ਆ, ਤੂੰ ਇਹਦੇ ਆਸਰੇ ਨਹੀਂ ਕਿਸੇ ਦੇ ਵੀ ਹੈ, ਤੈਨੂੰ ਨਹੀਂ ਕਿਸੇ ਦੇ ਆਸਰੇ ਦੀ ਲੋੜ। ਇਸ ਕਰਕੇ ਵੀ ਤੇਰੀ ਜੈ ਜੈਕਾਰ ਹੈ। ਜਿਹਨੂੰ ਦਿੰਦੀ ਹੈ ਜੈ ਜੈਕਾਰ ਉਹ ਕਰਦਾ ਹੈ, ਇਸ ਗੱਲ ਦੀ ਤਾਂ ਉਹੀ ਕਰਦਾ ਹੈ, ਬਾਕੀ ਗੱਲਾਂ ਦੀ ਸਾਰੀ ਕਰਦੇ ਨੇ ਜਿਹੜੀਆਂ ਜਿਹਨੂੰ ਜੋ ਦਿੰਦਾ ਉਹਦੀ ਜੈ ਜੈਕਾਰ ਕਰੀ ਜਾਂਦੇ। ਹਾਂਜੀ, ਦਾਮਣੀ ਪ੍ਰਹਾਸਣ ਸੋ ਛਬੀ ਨਿਵਾਸਣ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ। ਤੇਰਾ ਹੱਸਣਾ ਕੀ ਹੈ? ਦਾਮਣੀ ਪ੍ਰਹਾਸਣ, ਐ ਸਮਝ ਲਓ ਤੇਰਾ ਹੱਸਣਾ ਆਇਆ ਜਿਵੇਂ ਬਿਜਲੀ ਪੈ ਜਾਂਦੀ ਕਿਸੇ ਤੇ। ਹੱਸਣਾ ਵੀ ਐਸਾ ਹੈ, ਉਹਦੇ ਨਾਲ ਗਿਆਨ ਆਉਂਦਾ, ਹੱਸਣ ਨਾਲ ਵੀ ਕਈ ਗੱਲਾਂ ਕਹਿ ਜਾਂਦਾ ਕਿਸੇ ਤੇ ਹਾਸੇ ਚ, ਨਾਲ ਤਾਂ ਮਜ਼ਾਕ ਕੋਈ ਗੱਲ ਸੁਣਾਤੀ ਨਾਲੇ ਗਿਆਨ ਦੇ ਦਿੱਤਾ, ਉਹ ਵੀ ਬਿਜਲੀ ਪਾਤੀ। ਕੱਲ ਸੀ ਨਾ ਗੱਲ ਬੋਲਣ ਵਾਲੀ, ਉਹ ਬਿਜਲੀ ਉਹ ਪੈਂਦੀ ਹੈ ਨਾ, ਫਿਰ ਉਹ ਗੱਲ ਤਾਂ ਮਜ਼ਾਕ ਦੀ ਹੋਇਆ ਨਾ, ਗੱਲ ਤਾਂ ਹਾਸੇ ਦੀ ਹੋਇਆ ਨਾ, ਪਰ ਪੈਂਦੀ ਤਾਂ ਉਹਦੇ ਨਾਲ ਵੀ ਬਿਜਲੀ ਹੈ ਨਾ, ਤੇਰੇ ਤਾਂ ਹਾਸਾ ਮਜ਼ਾਕ ਵੀ ਬਿਜਲੀ ਪਾ ਜਾਂਦਾ, ਹਾਸੇ ਮਜ਼ਾਕ ਦੀ ਗੱਲ ਵੀ ਬਿਜਲੀ ਸਿਰ ਜਾਂਦੀ ਹੈ, ਚਾਨਣ ਕਰ ਜਾਂਦੀ ਹੈ ਨਾ, ਬਿਜਲੀ ਨਾਲ ਚਾਨਣ ਕਰ ਜਾਂਦੀ ਹੈ। ਦਾਮਣੀ ਪ੍ਰਹਾਸਣ ਸੋ ਛਬੀ ਨਿਵਾਸਣ, ਇਹੀ ਛਬੀ ਹੈ ਤੇਰੀ, ਉਹ ਹਾਸੇ ਵਿੱਚ ਵੀ ਤੇਰੀ ਛਬੀ ਹੁੰਦੀ ਹੈ, ਉਹ ਗੱਲ ਜਿਹੜੀ ਦੱਸੀ ਹੈ ਨਾ ਮੌਕੇ ਦੇ ਹਿਸਾਬ ਨਾਲ, ਕਿਹੜੇ ਮੌਕੇ ਕਿਹੜੀ ਗੱਲ ਕਹਿਣੀ ਹੈ, ਇਹ ਵੀ ਤਾਂ ਇੱਕ ਗੱਲ ਹੈ ਨਾ, ਸਭੀ ਛਬੀ ਨਿਵਾਸਣ ਵੀ ਛਬੀ ਹੈ, ਕਿਹੜੇ ਮੌਕੇ ਕਿਹੜੀ ਗੱਲ ਕਹਿਣੀ ਹੈ, ਕਿੱਥੇ ਕਿਹੜੀ ਐਗਜ਼ਾਮਪਲ ਦੇਣੀ ਹੈ, ਛਬੀ ਨਹੀਂ ਹੈ ਇਹ, ਕੀ ਇਹ ਤਾਂ ਛਬੀ ਹੈ ਤੇਰੀ, ਹੋਰ ਕੀ ਉਹਦੇ ਪਿੱਛੇ ਤਾਂ ਤੇਰਾ ਤੇਰੀ ਛਬੀ ਦਾ ਨਿਵਾਸ ਹੈ। ਮੌਕੇ 'ਤੇ ਕਿਹੜਾ ਤੀਰ ਚਲਾਉਣਾ, ਕਿਹੜਾ ਹਥਿਆਰ ਚਲਾਉਣਾ, ਇਹੀ ਤਾਂ ਕਲਾਕਾਰੀ ਹੈ। ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ, ਕੰਮ ਕੀ ਹੈ? ਸ੍ਰਿਸ਼ਟੀ ਨੂੰ ਗਿਆਨ ਦੇਣਾ, ਪ੍ਰਕਾਸ਼ ਕਰਨਾ, ਹੋਰ ਕੋਈ ਨਹੀਂ। ਸ੍ਰਿਸ਼ਟੀ ਪ੍ਰਕਾਸ਼ਨ, ਅੰਦਰ ਸਾਰਿਆਂ ਦੇ ਚਾਨਣ ਕਰਨਾ, ਹੋਰ ਕੋਈ ਲੜਾਈ ਨਹੀਂ ਕਰਨੀ ਕਿਸੇ ਨਾਲ। ਉਹ ਜਿਹੜੇ ਚਾਨਣ ਦੇ ਵਿਰੋਧੀ ਨੇ ਉਹਨਾਂ ਨੂੰ ਘੂਰਨਾ ਹੀ ਹੈ, ਉਹਨਾਂ ਨੂੰ ਨੰਗੇ ਕਰਨਾ, ਬਦਨਾਮ ਹੀ ਕਰਨਾ ਉਹਨਾਂ ਨੂੰ, ਹਨੇਰਾ ਕਰ ਰਹੇ ਨੇ ਜਿਹੜੇ, ਜਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਆਪੇ ਛੱਡ ਦਿੰਦੇ ਨੇ ਉਹਨਾਂ ਨੂੰ, ਚਾਨਣ ਕਰਨਾ। ਸ੍ਰਿਸ਼ਟੀ ਪ੍ਰਕਾਸ਼ਨ ਗੂੜ ਗਤੇ, ਇਹੀ ਤੇਰੀ ਗੂੜ ਗਤੀ ਹੈ, ਇਸੇ ਗੱਲ ਦੀ ਨਹੀਂ ਸਮਝ ਆ ਰਹੀ ਲੋਕਾਂ ਨੂੰ, ਉਹ ਵਿਰੋਧ ਕਹਿੰਦੇ ਨੇ ਹੋ ਰਿਹਾ, ਉਹ ਇਸ ਗੱਲੋਂ ਨਾਮ ਦਾ ਵਿਰੋਧ ਕਰਨ ਲੱਗ ਜਾਂਦੇ ਨੇ, ਗੁਰਮੁਖਾਂ ਦਾ ਵਿਰੋਧ ਕਰਨ ਲੱਗ ਜਾਂਦੀ ਹੈ ਦੁਨੀਆ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਨਾ ਹੈਗੀ ਮਨੁੱਖੀ ਬੁੱਧੀ ਨੂੰ। ਗੂੜ ਗਤੀ ਕਹਿੰਦਾ ਜਿਹੜੀ ਮਨੁੱਖੀ ਬੁੱਧੀ ਦੀ ਸਮਝ ਤੇ ਪਰੇ ਹੋਵੇ, ਉਹ ਗੂੜ ਗਤੀ ਹੁੰਦੀ ਹੈ। ਗੂੜ ਗਿਆਨ ਹੁੰਦਾ ਜੋ ਮਨੁੱਖੀ ਬੁੱਧੀ ਤੇ ਪਰੇ ਹੋਵੇ, ਉਹ ਬੇਇੱਜ਼ਤੀ ਸਮਝਦੇ ਨੇ, ਅਸੀਂ ਆਹ ਕਹਿਤਾ ਇਹਨਾਂ ਨੇ ਸਾਡੀ ਗੱਲ ਕੱਟਤੀ, ਬੇਇੱਜ਼ਤੀ ਹੋ ਗਈ ਸਾਡੀ, ਉਹ ਨਹੀਂ ਦੇਖਦੇ ਤੁਹਾਡਾ ਨੁਕਸਾਨ ਕਿੰਨਾ ਹੋ ਰਿਹਾ ਲੋਕਾਂ ਦਾ, ਤੁਹਾਡੀ ਬੇਵਕੂਫੀ ਨਾਲ ਨੁਕਸਾਨ ਕਿੰਨਾ ਹੋ ਰਿਹਾ, ਉਹਦਾ ਨਹੀਂ ਪਤਾ, ਆਪਣੇ ਹਉਮੈ ਵਿਚਾਰ ਰਹੇ ਹੋ, ਦੁਨੀਆਂ ਦਾ ਨੁਕਸਾਨ ਦਾ ਫਿਕਰ ਨਹੀਂ ਹੈ, ਹਉਮੈ ਨਾਲ ਪਿਆਰ ਹੈ ਆਪਣੀ ਨਾਲ, ਹੰਕਾਰੀਆਂ ਨੂੰ ਫਿਰ ਉਹ ਗੱਲ ਮਾੜੀ ਲੱਗਦੀ, ਹੰਕਾਰੀ ਟਕਰਾ ਜਾਂਦੇ ਨੇ ਇੱਥੇ ਆ ਕੇ, ਗੁੜ ਕਤੇ ਹੈ ਤੂੰ। ਰਕਤਾਸੁਰ ਆਚਣ ਜੁੱਤ ਪਰਮਾਚਣ ਨਿਰਦੇ ਨਿਰਾਚਣ ਧਰਮ ਬਿਰਤੇ। ਰਕਤਾਸੁਰ ਆਚਣ, ਰਕਤਾਸੁਰ ਕੀ ਹੈ? ਲੋਭ, ਲੋਭੀ ਜਿਹੜਾ ਮਹਾਲੋਭੀ ਹੈ ਰਕਤਾਸੁਰ ਹੈ, ਉਹ ਰਕਤ ਖੂਨ ਹੈ, ਲੋਭ ਰੱਤੇ ਹੁੰਦੀ ਹੈ, ਹੋਰ ਕੀ ਹੁੰਦਾ, ਲੋਭ ਰੱਤ ਚੂਸ ਲੈਂਦੀ ਹੈ, ਜੋਕ ਮੰਗੋ ਜਿਵੇਂ ਜੋਕ ਚੂਸ ਲੈਂਦੀ ਹੈ, ਆਚਣ ਰਕਤਾਸੁਰ ਆਚਣ, ਆ ਚੂਸ ਲੈਣਾ ਪੀ ਲੈਣਾ, ਤੂੰ ਲੋਭ ਰੱਤ ਚੂਸ ਲੈਂਦੀ ਹੈ, ਜਿਹਨੂੰ ਚੰਗੀ ਲੱਗ ਜਾਵੇ ਜਿਹਦੇ ਹਿਰਦੇ ਚ ਵਸ ਜਾਏ ਨਾ, ਹਿਰਦੇ ਚ ਵਸਾ ਲਵੇ ਤੈਨੂੰ, ਸਾਰਾ ਹੀ ਲੋਭ ਰੱਤ ਚੂਸ ਜਾਂਦੀ ਉਹਦਾ, ਆਚਣ ਕਰਨਾ ਪੀ ਜਾਣਾ ਹੁੰਦਾ, ਆਚਮਨ ਚੂੜਾ ਲੈ ਲੈਣਾ, ਉਹਨੂੰ ਆਚਮਨ ਕਹਿੰਦੇ ਨੇ। ਰਕਤਾਸੁਰ ਆ ਜਿਹੜਾ ਮਹਾਲੋਭੀ ਹੈ, ਉਹਦਾ ਲੋਭ ਸਾਰਾ ਪੀ ਜਾਂਦੀ, ਲੋਭ ਮੁਕਤ ਹੋ ਜਾਂਦਾ। ਜੁੱਧ ਪਰਮਾਚਣ, ਜੁੱਧ ਪਰਮਾਚਣ, ਜੁੱਧ ਜਦ ਕਰਦੀਆਂ ਬੜੇ ਚੌਰ ਕਰਦੀਆਂ,
ਚਿੰਤਾ ਨਹੀਂ ਹੈ ਜੁੱਧ ਦੀ ਤੈਨੂੰ। ਜੁੱਧਾ ਹਮੇਸ਼ਾ ਚੌ ਰਹਿੰਦਾ, ਕਿਉਂ? ਜਨਮੇ ਜੁੱਧ ਵਾਸਤੇ ਹੋਇਆ। ਜਾਗ ਸੋ ਜੰਮੀ ਜੁੱਧ ਨੂੰ, ਉਹ ਜਾਗਿਆ ਵੀ ਤਾਂ ਜਾਗਣਾ ਜੰਮਣਾ ਇਹਦਾ, ਇਹਦਾ ਜਾਗਣਾ ਜੰਮਣਾ ਹੁੰਦੀ ਉਹ ਹੈ, ਸੁੱਤੀ ਪਈ ਆ ਜਾਗਦੀ ਹੁੰਦੀ ਹੈ, ਹੋਰ ਕੁਛ ਨਹੀਂ ਹੈ। ਜਿਹਦੀ ਮੱਤ ਮਾਰੀ ਹੋਈ ਆ ਸੁੱਤੀ ਪਈ ਆ ਜਾਂ ਜਾਗ ਪੀ ਛੱਡੀ ਹੈ। ਜਿਹੜੀ ਮੱਤ, ਜਿਹੜੀ ਗਊ ਮਰੀ ਹੋਈ ਹੈ ਉਹ ਸੁੱਤੀ ਪਈ ਆ ਅਸਲ 'ਚ, ਜਾਂ ਜਿਉਂਦੀ ਹੁੰਦੀ ਆ ਉਹੀ ਚੰਡੀ ਹੁੰਦੀ ਆ, ਉਹ ਚੰਡੀ ਹੋ ਜਾਂਦੀ ਆ। ਕਿਵੇਂ ਜਿਉਂਦੀ ਹੁੰਦੀ ਹੈ? ਬਛੜਾ ਮੇਲ, ਗਊ ਜਵਾਲੀ ਬਛੜਾ ਮੇਲ, ਜਾਂ ਗਿਆਨ ਮਿਲ ਜਾਂਦਾ ਜਿਉਂਦੀ ਹੋ ਜਾਂਦੀ ਹੈ, ਹੋਰ ਬਛੜਾ ਕੀ ਮਿਲਣਾ। ਫਿਰ ਕੀ ਦਿੰਦੀ ਹੈ? ਫਿਰ ਦੁੱਧ ਦਿੰਦੀ ਹੈ, ਗੁਰਬਾਣੀ ਰੱਜਦੀ ਹੈ, ਗਾਏ ਦੁਆਈ ਬਛੜਾ ਮੇਲ, ਕਹਿੰਦੇ ਗਾਏ ਚੋਲੀ ਬਛੜਾ ਮੇਲ ਕੇ। ਕੌਣ ਪੁੱਜੇ ਗੱਲਾਂ ਨੂੰ? ਪੁੱਜੇ ਕੁੜ, ਉਹਨੂੰ ਪੁੱਛੇ ਵੀ ਮਰੀ ਹੋਈ ਗਾਂ ਪਈ ਹੋਵੇ, ਫਿਰ ਉਹ ਦੁੱਧ ਹੋਊਗੀ ਉੱਠਦੀ ਸਾਰੇ, ਉਹ ਤਾਂ ਮਰੀ ਪਈ ਉੱਠੀ ਹੈ, ਮਟਕੀ ਵੀ ਭਰ ਲਈ ਨਾਲੇ, ਦੁੱਧ ਵੀ ਇਹਨਾਂ ਦਿੱਤਾ, ਜਿਉਂਦੀ ਨਹੀਂ ਦਿੱਤੀ ਉਹਨਾਂ ਚਿਰ, ਹਜੇ ਖਾਂਦੀ ਰਹੇ ਹਜਮੂਨਦਾਰ ਹੈ, ਫਿਰ ਤਾਂ ਦਿੰਦੀ ਨਹੀਂ ਉਹਨੇ ਮਟਕੀ ਭਰਤੀ। ਗੱਲਾਂ ਕੀ ਸੀਆਂ, ਅਰਥ ਕੀ ਲਾ ਲੈ ਇਹ ਵਿਦਵਾਨ ਦੇਖਣਾ ਹੁਣ ਆਪਣੇ ਅੰਦਰ ਝਾਕ ਕੇ ਵੀ ਤੁਸੀਂ ਕੀ ਹੋ, ਕੀ ਸਮਝਦੇ ਰਹੇ ਹੋ ਇਹਨਾਂ ਗੱਲਾਂ ਨੂੰ ਹੁਣ ਥਈ। ਇਹ ਸਮਝ ਕੇ ਨਾ ਸਾਰੀ ਗੱਲ ਨੂੰ ਚੁੱਪ ਕਰਕੇ ਟਿੱਕ ਕੇ ਬਹਿ ਜਾਓ, ਸੁਣ ਲਓ ਗੱਲ ਕੀ ਹੈ। ਨਹੀਂ ਛਿੱਤਰ ਦੇ ਕੇ ਲੋਕ ਮੂੰਹ ਬੰਦ ਕਰ ਦੇਣਗੇ, ਹੋਰ ਜਿਹਨਾਂ ਨੂੰ ਤੁਸੀਂ ਮਗਰ ਲਾਇਆ ਉਹ ਦੇ ਦੇਣਗੇ ਮੂੰਹ ਛਿੱਤਰ, ਵੀ ਆਰਾਮ ਨਾਲ ਚੁੱਪ ਕਰਕੇ ਬਹਿ ਜਾਓ, ਬੰਦੇ ਬਣ ਜਾਓ ਬੰਦੇ। ਤੁਸੀਂ ਦੇਖ ਲਿਆ ਤੁਹਾਡੇ ਕੋਲ ਜੋ ਸੀਗਾ ਨਾ, ਹੁਣ ਤੇ ਅਸੀਂ ਦੇਖ ਲਿਆ, ਜੋ ਤੁਸੀਂ ਤੱਤ ਗੁਰਮਤ ਦਿੰਦੇ ਰਹੇ ਹੋ ਨਾ ਉਹ ਦੇਖ ਲਈ ਅਸੀਂ। ਪਹਿਲਾਂ ਇਹਨਾਂ ਨੂੰ ਪੁੱਛੇ ਵੀ ਗੁਰਮਤ ਨਾਲ ਤੱਤ ਲੱਗਦਾ ਹੁੰਦਾ ਲਫ਼ਜ਼, ਇਹਨੂੰ ਇਹ ਨਹੀਂ ਪਤਾ ਵੀ ਗੁਰਮਤ ਨਾਲ ਤੱਤ ਸ਼ਬਦ ਹੀ ਨਹੀਂ ਲੱਗ ਸਕਦਾ, ਬ੍ਰਹਮ ਗਿਆਨੀ ਨਾਲ ਪੂਰਨ ਲਫ਼ਜ਼ ਨਹੀਂ ਲੱਗ ਸਕਦਾ, ਬ੍ਰਹਮ ਗਿਆਨੀ ਨਾਲ ਪੂਰਨ ਲਫ਼ਜ਼ ਨਹੀਂ ਲੱਗਦਾ ਹੁੰਦਾ, ਤੱਤ ਨਾਲ ਗੁਰਮਤ ਨਾਲ ਤੱਤ ਨਹੀਂ ਲੱਗਦਾ ਹੁੰਦਾ, ਤੱਤ ਗਿਆਨ ਨਾਲ ਤਾਂ ਲੱਗਦਾ ਗੁਰਮਤ ਨਾਲ ਨਹੀਂ ਲੱਗਦਾ ਹੁੰਦਾ। ਇਹਨਾਂ ਨੂੰ ਇੰਨੀ ਗੱਲ ਦਾ ਨਹੀਂ ਪਤਾ, ਉਹ ਸਿੱਖੀ ਪੜ੍ਹਾ ਰਹੇ ਨੇ ਮਹਾਂਮੂਰਖ, ਮਹਾਂਮੂਰਖ ਸਿੱਖੀ ਦੇ ਉਹ ਦੱਸਣਗੇ ਵੀ ਗੁਰਮਤ ਕੀ ਹੈ, ਗੁਰਮਤ 'ਚ ਕੀ ਨੁਕਸ ਪੈ ਗਿਆ, ਤੁਸੀਂ ਨੁਕਸ ਪਾ ਦਿਓਗੇ। ਉਹ ਜੇ ਮੈਂ ਬੁੜੀ ਨੂੰ ਆਵਾਜ਼ ਮਿਲ ਗਿਆ ਸੀ ਨਾ, ਉਹਨੇ ਚੁੰਝ ਵੜਤੀ ਸੀ ਪਰ ਫੰਘ ਘੱਟਦੇ ਸੀ, ਵੀ ਇਹ ਤਾਂ ਬਿਮਾਰ ਹੈ, ਖੰਭ ਘੱਟਦੀ ਹੈ ਇਹਦੇ, ਇਹਨੂੰ ਗਰਮੀ ਲੱਗਦੀ ਹੈ, ਇਹਦੀ ਚੁੰਝਾ ਖਾਊ ਕਿ ਮੈਂ ਚੁੰਝ ਘੱਟਦੀ ਹੈ, ਉਹ ਨੇ ਵੀ ਆਹ ਵੀ ਵੜ ਦਿਉ, ਆਹ ਵੀ ਵੜ ਦਿਉ, ਆ ਵਿੱਚੋਂ ਕੱਢ ਦਿਉ, ਆਹ ਕੱਢ ਦਿਉ, ਬਸ ਹੋਰ ਇਹਨਾਂ ਨੇ ਕੀ ਕਰਨਾ। ਤੁਸੀਂ ਆਪਣੇ ਬੈਠੋ ਆਰਾਮ ਨਾਲ ਟਿੱਕ ਕੇ, ਸਿੱਖ ਰਹਿਣੇ ਰਹੋ ਨਾ, ਅਸਤੀਫਾ ਦੇ ਜਾਓ ਤੁਹਾਡੇ ਇਹਨਾਂ ਇਹਨਾਂ ਦੇ ਮਤਲਬ ਤਾਂ ਸਿੱਖੀ ਨਹੀਂ, ਸਿੱਖੀ 'ਤੇ ਚੱਲਣਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ, ਚੁੱਪੇ ਕਰ ਜਾਓ ਚੰਗੀ ਗੱਲ ਹੈ, ਬੇਇੱਜ਼ਤੀ ਬਹੁਤੀ ਹੋਊਗੀ, ਬੇਇੱਜ਼ਤੀ ਹੋਊਗੀ ਹੁਣ ਰੋਜ਼, ਹੋਰ ਕੁਝ ਨਹੀਂ ਹੁਣ, ਰੋਜ਼ ਹੈ ਬੇਇੱਜ਼ਤੀ ਹੋਣੀ ਹੈ ਹੁਣ, ਅੱਗੇ ਵੀ ਹੋਈ ਸੀ ਜਦੋਂ ਗੁਰਮਤ ਪ੍ਰਗਟ ਹੁੰਦੀ ਹੁੰਦੀ ਹੈ ਨਾ, ਇੰਨੇ ਦਿਨਾਂ ਦੀ ਬੇਇੱਜ਼ਤੀ ਹੁੰਦੀ ਹੁੰਦੀ ਹੈ ਰੋਜ਼, ਪਹਿਲਾਂ ਵੀ ਹੁੰਦੀ ਰਹੀ ਹੈ ਹੁਣ ਵੀ ਹੋਊਗੀ, ਜਾਂ ਗੁਰਮਤ ਦਾ ਰੂਪ ਸਹੀ ਪ੍ਰਗਟ ਹੁੰਦਾ, ਨਿੰਦਕਾਂ ਦੀ ਰੋਜ਼ ਹੈ ਬੇਇੱਜ਼ਤੀ ਹੁੰਦੀ ਹੈ, ਇਹ ਨਿੰਦਕਾਂ ਦੇ ਮੂੰਹ ਕਾਲੇ ਹੀ ਹੁੰਦੇ ਹੁੰਦੇ ਨੇ। ਨਿਆਂਸੇ ਸਾਡੇ ਕਹਿਣ ਦਿੰਦਾ ਕਿ ਸੱਜਣਾਂ ਦੇ ਘਰ ਹੋਣ ਸ਼ਾਦੀਆਂ ਹੋ ਜਾਣ ਨਿੰਦਕਾਂ ਦੇ ਮੂੰਹ ਕਾਲੇ, ਜਿਹੜੇ ਤਾਂ ਸੱਜਣ ਨੇ ਗੁਰੂ ਦੇ ਪਿਆਰੇ ਨੇ ਉਹਨਾਂ ਦੇ ਘਰ ਖੁਸ਼ੀਆਂ ਹੋਣੀਆਂ ਹੀ ਹੋਣੀਆਂ ਨੇ, ਸ਼ਾਦੀਆਂ ਹੋਣੀਆਂ ਨੇ, ਨਿੰਦਕਾਂ ਦੇ ਮੂੰਹ ਕਾਲੇ ਹੋਣੇ ਨੇ, ਹੋਰ ਕੀ ਹੋਣ, ਜਿਹੜੇ ਅਜੇ ਨਿੰਦਕ ਨੇ ਇਹਨਾਂ ਦੇ ਮੂੰਹ ਕਾਲੇ ਹੀ ਹੋਣੇ ਨੇ, ਦੀਨ ਦੁਨੀਆਂ ਕੇ ਦਰਬਾਰ, ਹੋਰ ਕਿੱਥੇ ਹੋਣ, ਹੋਰ ਕੀ